जिथा जाए मैं पला कई मूह लालन स्यों प्रीत बनी तोरी ना टूटे छोरी ना छूटे ऐसी माधो खिंच तनी दिन सरैन मन माहे बसत है तू कर कृपा प्रभ अपनी बल बल जाऊं श्याम सुंदर को अकथ कथा जाकी बात सुनी जन नानक दासन दास कहियत है मोहे करो कृपा ठाकुर अपनी। धन श्री गुरु ग्रंथ साहब जी के पावन सरूप दे विचों प्रगट होए ये मिठड़े बचन जो पंचम पातशाह शहीदों के सरताज धन धन श्री गुरु अर्जन देव जी की मुबारक रसना दे बोल एक परिपूर्ण परमात्मा ते उस सोहणे रब दे चरणां विच मन नूं टिकाउण दी जुगत दर्शाउंदे हन। सारे संसार नालों तोड़ के जिन्हां रब नाल ला लई जिन्हां दी प्रीत परमेश्वर दे नाल जुड़ गई ओ दरगाह दे विच सुरखरू हो गए भगत वच्छल कृपा निधान जगत गुरु दा एहो सुभाअ है कि इस संसार पवसागर दे विचों शब्द दी बेड़ी सदका सेवा सिमरन दे अभ्यास दे नाल अपने भगत प्यारियां नूं पार लगा देंदा है। बदकिस्मत तां ओह ने जो दीन दुनिया दे विच खचत होए इस दुनिया दे झूठ नूं सच मान लैंदे ने। बाबा जी फरमाउंदे ने होका देंदे ने दीन बिसारे हो रे दीवाने दीन बिसारे हो रे। ए जगत संसार माया दी खेड है ते इस पाव सागर विचों तरना गुरशब्द दी कमाई तो बिना असंभव है। बाबा जी दी बाणी दा फरमान अजोके मनुख दे हालात बयान करदे ने दीन गवाया दुनी स्यों दुनी ना चाली साथ पाए कुहाड़ा मारिया गाफल अपने हाथ। भगत फरीद जी दे बचन जन्म ता धारिया सी दीन दुनी दे मालक वाहिगुरु परमेश्वर दे मिलाप दे लई पर दीन नू विसार के दुनिया विच ऐसा खचत होयो सर्व जियां का दाता सतगुर ताकि सरनी पाई है उस सोहने रब नू विसार के ते दुनिया दे झूठ नू सच मन बैठा। धन श्री गुरु नानक देव सतगुर सचे पातशाह अपनी जिंदगी विच चार यात्रावां करके चार उदासियां करके जगत नू इको होका बख्शिश कीता सब मैं जोत जोत है सोए तिसके चानण सब मैं चानण होए गुर साखी जोत प्रगट होए। गुरु दी सिख्या दे नाल जीवन विच इस जोत दा प्रकाश संभव है। सतगुरां ने जिथे एको है भाई एको है साहिब मेरा एको है
ਇਹ ਆਵਾਜ਼ਾਂ ਬੁਲੰਦ ਕੀਤਾ, ਉੱਥੇ ਮਨੁੱਖ ਦੀ ਏਕਤਾ 'ਤੇ ਵੀ ਜ਼ੋਰ ਦਿੱਤਾ। ਸਭ ਮੈਂ ਜੋਤ, ਜੋਤ ਹੈ ਸੋਏ ਤਾਂ ਉਹਨਾਂ ਦੀ ਨਿੱਤ ਦੀ ਆਰਤੀ ਹੈ, ਜਿੱਥੇ ਪ੍ਰਭੂ ਦੀ ਆਰਤੀ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਵਨ ਚਵਰੋ, ਕਰੇ ਸਗਲ ਬਨਰਾਏ ਫੂਲੰਤ ਜੋਤੀ। ਇਸ ਤਰ੍ਹਾਂ ਸਾਰੀ ਕੁਦਰਤ ਦਾ ਪਸਾਰਾ ਉਸ ਸੋਹਣੇ ਰੱਬ ਦੀ ਆਰਤੀ ਹਰ ਸਮੇਂ ਹਰ ਘੜੀ ਪਿਆ ਕਰਦਾ। ਉੱਥੇ ਹੀ ਸਤਿਗੁਰੂ ਸਹਿਸ ਤਵ ਨੈਣ, ਨਨ ਨੈਣ ਹੈ ਤੋਹ ਕੋ, ਸਹਿਸ ਮੂਰਤ ਨਨਾ ਇੱਕ ਤੋਹੀ, ਇਹ ਬਚਨ ਉਚਾਰਨ ਕਰਕੇ ਸਰਬ ਜੀਆਂ ਦੀ ਏਕਤਾ ਪ੍ਰਗਟਾਉਂਦੇ ਹਨ। ਮਨੁੱਖ ਵਿੱਚ ਵਿਤਕਰਾ ਇਸੇ ਕਰਕੇ ਹੈ ਕਿਉਂਕਿ ਅਜੇ ਤੱਕ ਮਨੁੱਖ ਅਤੇ ਵਾਹਿਗੁਰੂ ਦਾ ਸੰਬੰਧ ਹੀ ਨਹੀਂ ਜਾਣਿਆ ਜਾ ਸਕਿਆ। ਉਹਨਾਂ ਦੀ ਨਜ਼ਰ ਵਿੱਚ ਇਹ ਸੋਚਣੀ ਬਿਲਕੁਲ ਸਤਿਗੁਰਾਂ ਦੀ ਬਾਣੀ ਵਿੱਚੋਂ ਸਪਸ਼ਟ ਤੌਰ 'ਤੇ ਪ੍ਰਗਟ ਹੁੰਦੀ ਹੈ ਕਿ ਸਾਰੀ ਮਨੁੱਖ ਜਾਤੀ, ਸਾਰੇ ਜੀਵ ਇੱਕ ਸਮਾਨ ਹਨ। ਕੋਈ ਮਨੁੱਖ ਨਾ ਉੱਚਾ ਹੈ ਨਾ ਨੀਵਾਂ ਹੈ, ਸਭ ਉੱਤੇ ਇੱਕੋ ਛਾਂ ਹੈ, ਇੱਕੋ ਹੀ ਸਾਇਆ ਹੈ। ਫਿਰ ਉਹਨਾਂ ਧਰਮ ਖਿਆਲਾਂ ਦੀ ਏਕਤਾ 'ਤੇ ਵੀ ਜ਼ੋਰ ਦਿੱਤਾ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਧਰਮ ਸ਼ਾਸਤਰ ਦੀ ਵਿਆਖਿਆ ਕਰਨ ਵਾਲੇ ਇਸ ਜਗਤ ਨੂੰ ਕਈ ਵੰਡੀਆਂ ਵਿੱਚ ਵੰਡਦੇ ਹਨ। ਸਭ ਆਪੋ ਆਪਣੇ ਦ੍ਰਿਸ਼ਟੀਕੋਣ, ਵਿਚਾਰਧਾਰਾ ਨੂੰ ਦਰਸਾਉਂਦੇ ਹਨ। ਬਾਬਾ ਜੀ ਦਾ ਬਚਨ, ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਪਿੰਨ ਪਿੰਨ ਤੋਏ ਤੇਤੀ, ਤੁਮਰਾ ਲੱਖਾਂ ਨਾ ਜਾਏ ਪਸਾਰਾ, ਕੇ ਵਿਦ ਸਜਾ ਪ੍ਰਥਮ ਸੰਸਾਰਾ। ਉਸ ਪਰਮੇਸ਼ਵਰ ਦੇ ਬੇਅੰਤ ਅਨੰਤ ਪਸਾਰੇ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਜਿੰਨੇ ਕੁ ਕਿਸੇ ਦੀ ਮਤ ਬੁੱਧ ਹੈ, ਉਹਨਾਂ ਕੁ ਮਨੁੱਖ ਨੇ ਵਰਣਨ ਕਰ ਦਿੱਤਾ। ਸੱਚੇ ਪਾਤਸ਼ਾਹ ਇੱਕ ਨਿਸ਼ਾਨੇ ਨੂੰ ਮੁੱਖ ਰੱਖ ਕੇ ਕਿ ਸਾਰਾ ਜਗਤ ਇੱਕ ਪਰਮਾਤਮਾ ਦੀ ਹੋਂਦ ਨੂੰ ਦਰਸਾਉਂਦਾ ਹੈ। ਸੱਚੇ ਪਾਤਸ਼ਾਹ ਇਹ ਬਚਨ ਫਰਮਾਉਂਦੇ ਹਨ, ਰਾਹ ਦੋਵੇਂ ਖਸਮ ਏਕੋ ਜਾਣ। ਇਹੋ ਕਾਰਨ ਹੈ ਕਿ ਉਹ ਪਰਮਾਤਮਾ ਦੀ ਉਪਮਾ ਕਰਦੇ ਕਦੇ ਇਸਲਾਮੀ ਜਾਂ ਹਿੰਦਵੀ ਉਪਮਾ ਨੂੰ ਨਿਚੱਕ ਹੋ ਕੇ ਵਰਤਦੇ ਹਨ। ਬਾਬਾ ਜੀ ਦੀ ਬਾਣੀ ਪੜ੍ਹੋ ਨਾ, ਅੱਲਾਹ, ਅਲੱਖ, ਅਗੰਮ, ਕਾਦਰ, ਕਰਨਹਾਰ, ਕਰੀਮ, ਸਭ ਦੁਨੀ ਆਵਣ ਜਾਵਣੀ, ਮੁਕਾਮ ਏਕ ਰਹੀ। ਸ੍ਰੀ ਰਾਗ ਮਹੱਲਾ ਪਹਿਲਾ, ਅਸ਼ਟਪਦੀਆਂ ਦੇ ਪਾਵਨ ਸਿਰਲੇਖ ਹੇਠ ਸਤਿਗੁਰਾਂ ਦੇ ਇਹ ਪਾਵਨ ਬਚਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ 64 ਅੰਗ 'ਤੇ ਸੁਭਾਏਮਾਨ ਨੇ। ਗੁਰੂ ਨਾਨਕ ਪਾਤਸ਼ਾਹ ਨੂੰ ਰੱਬ ਦਾ ਜ਼ਿਕਰ ਕਰਨ ਵੇਲੇ ਅੱਲਾ ਆਖਦੇ ਹਾਂ, ਕਰੀਮ ਆਖਦੇ ਹਾਂ, ਰਹੀਮ ਆਖਦੇ ਹਾਂ, ਕਿਸੇ ਪ੍ਰਕਾਰ ਦਾ ਕੋਈ ਝਾਕਾ ਨਹੀਂ। ਅਤੇ ਬਾਬੇ ਨਾਨਕ ਨੇ ਕਦੇ ਰਾਮ ਕਦੇ ਰੱਬ ਕਦੇ ਹੋਰ ਕਈ ਭਾਂਤ ਭਾਂਤ ਦੇ ਨਾਂ ਵਰਤ ਕੇ ਨਿਰੰਕਾਰ ਨੂੰ ਪੁਕਾਰਿਆ। ਕਲਗੀਧਰ ਪਾਤਸ਼ਾਹ ਦੀ ਪਵਿੱਤਰ ਬਾਣੀ ਸ੍ਰੀ ਜਾਪ ਸਾਹਿਬ ਨੂੰ ਪੜ੍ਹੀਏ ਅਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਪਰਮੇਸ਼ਵਰ ਦੇ ਵੱਖ ਵੱਖ ਨਾਂ ਵਰਤ ਕੇ ਪੁਕਾਰ ਕੀਤੀ ਅਤੇ ਅਕਾਲ ਪੁਰਖ ਨੂੰ ਨਮਸਕਾਰ ਕੀਤੀ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਵਿੱਚ ਪਰਮੇਸ਼ਵਰ ਦੇ ਕਿੰਨੇ ਹੀ ਨਾਂ ਵਰਤੇ ਗਏ ਨੇ।
सब सत्कार योग ने, सब पूजन योग ने, क्योंकि खुदा पाक तां एक है। उस दे नां वख वख होने ये परमेश्वर की वड्याई नूं बयान करते हैं। असंख नाव असंख थाओ, अगम अगम असंख लो, असंख कह सिर पार होए, अखरी नाम अखरी सला, अखरी ज्ञान गीत गुणगा, अखरी लिखण बोलण बाण, अखरां सिर संजोग वखाण। जिन ए लिखे तिस सिर नाए, जे फरमाए तिव ते पाए। परमेश्वर दे अनंत नाम, उस सोहणे रब दे बेअंत गुणां दा बख्यान करदे ने। जिथे सतगुरां ने जात जन्म जिसम दे एक होण दी गल कही, उथे इस्त्री मर्द दे वखरेवेंपन नूं वी मुकाउण ते जोर दिता। जो लोग औरत दे प्रति मंदी भावना रखते सन, कई विद्वाना ने औरत दे प्रति ऐसे नीवे लफज वरते, किसे कह दिता कि औरत परमात्मा दी एक मज़ेदार गलती है, निंदण योग है, जां किसे कह दिता ना मुकम्मल वस्तु है। उन्हां नूं रद्द करदे होए सच्चे पातशाह ने जवाब दिता सी, अजीब है तुहाडी मंतक कि जो कथित नह कलंकी राजान नूं पैदा करे वह किवें कलंकणी हो सकती है। सो क्यों मंदा आखी है जित जम्मे राजान। असल दे विच इस समय का एक बहुत वड्डा क्रांतिकारी बोला गुरबाणी रूप विच सतगुरां ने प्रगट किया। औरत तां सगों संजम ते बंदेज दा चिन्ह है। सच्चे पातशाह दी बाणी पढ़दे हां, पण जमीए पण निमीए पंड होवै बंधान। सो क्यों मंदा आखीए जित जमे राजान। भाई गुरदास जी बाबे नानक नूं जगत गुरु कह के पुकारदे हन। चौं वरना दा उपदेश, छह दर्शन सब सेवक सेओ, जगत गुरु गुरु नानक देओ। सियासी तौर ते ऊच नीच, राजा प्रजा, हाकम ते हजूर दी वंड नूं सतगुरां ने कदे ठीक नहीं किया, सही नहीं फरमाया। इस विच कोई शक नहीं कि जो हिंदुस्तान ये बातां पा रहा सी कि राजा ने कलंकी है, उसे नूं संबोधन करके आख्या कि राजे शीं हो गए ते उन्हां दे कर्मचारी कुत्ते। जिवें सतगुरु फरमाउंदे ने, राजे शीं मुकदम कुत्ते, जाए जखाइन बैठे सुते। कौन कहदा है कि राजा कदे गलती नहीं करदा। उन्हां दियां गलतियां दी सजावां तां प्रजा भुगतदी है। जद मुगलां ते पठाणां दी लड़ाई होई, मुगल जित गए क्योंकि उन्हां ने फौज विच तोपां घोड़ियां नाल लैस हो के हमला कीता, ते पठान जो सुत्ते पए सन एक हमला भी ना सहार सके। सतगुरु श्री गुरु नानक देव जी तां एक परमात्मा दी बादशाहत विच यकीन करदे हन। एको हुक्म वरतै सब लोए, उन्हां दा फरमान है कि इस सारे संसार दे उत्ते, सारी प्रजा दे उत्ते एक परमेश्वर दा हुक्म जो हर समय सुभायमान है। उस बादशाहत विच
कोई राजा प्रजा या कोई होर हुक्म देण वाला नहीं। बाबा जी दे ये पावन बचन जगत नूं समझाउण दे लई काफ़ी ने। मारू राग दा ये शब्द जो धन गुरु ग्रंथ साहब दे पवित्र 1016 अंक ते सुभायमान है, मारू काफ़ी महला पहला। बाबा जी ने फरमाया सी ना, रैयत राजे कहा सबाए, दोह अंतर सो जासी, कहत नानक गुर सच्चे की पौड़ी, रहसी अलख निवासी। गुरु नानक देव जी ये चाहते हैं कि आदल इंसाफ करे ते जालम जुलम ना कर सकन, कोई किसे नू जोर नाल जख्मी ना करे, दुखी ना करे, लुट खसुट ना करे, ते राज सारयां लई होवे। जिस विच रौले गौले नू थां वी ना मिले। पिता जी दा फरमान कि इस संसार दे विच सारी सृष्टि जो एक तो प्रगट होई है ते एक विच ही सब ने समा जाना है। ऐसे गुरु बाबा जी दे प्रथाए भाई गुरदास जी दे प्रेमा भगती वाले बचन, एक छत राज कमावदा दुश्मन दूत ना शोर शराबा, आदल अदल चलाएंदा जालम जुलम ना जोर जराबा, जाहर पीर जगत गुर बाबा। गुरु बाबे नू भाई गुरदास जी ने जाहर पीर कह के पुकारिया। सतगुरु फरमाउंदे ने अणख ही जिंदगी है, जां इउं आख लो कि जिंदगी ओह है जो अणख वाली है। जे जीवन विचों अणख ही निकल गई तां कुछ भी पैदा नहीं होण लगा। आसा की वार दी 11वीं पौड़ी दे नाल लगदे पहले श्लोक विच सचे पातशाह दे बचन, बीओ बीज पत लै गए अब क्यों उगवै दाल। सचे पातशाह जी माज राग दी वार विच वी बचन करदे ने जो धन गुरु ग्रंथ साहब दे पवित्र 142 अंक ते सुभायमान ने। जे जीवै पत लथी जाए सब हराम, जेता किछ खाए। किन्नी कु दलेरी ਉਹ ਸਿੱਖਾਂ ਵਿੱਚ ਆਪਣੇ ਤਨ ਤੇ ਤਸੀਹੇ ਲੈ ਕੇ ਭਰ ਰਹੇ ਸਨ ਕਿ ਉਸ ਦਾ ਪ੍ਰਮਾਣ ਮਾਜ ਰਾਗ ਦੇ ਸਲੋਕ ਵਿੱਚੋਂ ਪ੍ਰਗਟ ਹੁੰਦਾ ਹੈ। ਸਤਿਗੁਰੂ ਫਰਮਾਉਂਦੇ ਨੇ, ਜੇ ਦੇਹੈ ਦੁੱਖ ਲਾਈਐ ਪਾਪ ਗ੍ਰਹਿ ਦੋਏ ਰਾਹ, ਰਤ ਪੀਣੇ ਰਾਜੇ ਸਿਰੈ ਉੱਪਰ ਰੱਖੀਐ ਏਵੈ ਜਪੈ ਪਾਉ, ਪੀ ਤੂੰ ਹੈ ਸਲਾਹਣਾ आखण लह ना चाओ। बेनती करा सतगुरु, श्री गुरु नानक देव जी की पावन बाणी का एक एक बचन बहुत ही डूंगी आस्था रखण वालियां नू जीवन जीवन की जाच बख्शन विच समर्थ है। एक एक अखर की डूंगाई विचों किते बाबे नानक नू पछाणन दा यतन करिए। एक एक अखर दी खोज कीत्या ही बाबे नानक दा सिद्धांत जाणिया जा सकता है। सतगुरु श्री गुरु नानक देव जी अपनियां उदासियां दे दौरान जिथे भी गए उत्थे संगतां स्थापन करदे गए। संगतां भावें कई प्रकार दियां हुंदियां सन, पर हुंदियां सारियां संगतां ही सन। जिवें पक्की संगत, हजूरी संगत, बड़ी संगत जां छोटी संगत। इतिहास दे विच ऐसे नां कई थावां ते वरते गए ने।
ਸੰਗਤ ਬਣਾਉਣੀ ਅਤੇ ਧਰਮਸਾਲ ਉਸਾਰਨਾ ਉਹਨਾਂ ਦਾ ਮੁੱਖ ਮੰਤਵ ਸੀ। ਬਾਬੇ ਦਾ ਇਨਕਲਾਬ ਹੀ ਇਹੋ ਸੀ ਕਿ ਉਸ ਨੇ ਸਾਧੂਆਂ ਦੀ ਹੀ ਸੰਗਤ ਨੂੰ ਸਾਧ ਸੰਗਤ ਬਣਾਇਆ। ਉਸ ਸਮੇਂ ਵਾਹਿਗੁਰੂ ਪ੍ਰਾਪਤੀ ਦੇ ਕਈ ਰਾਹ ਪ੍ਰਚਲਿਤ ਸਨ, ਇੱਕ ਕਰਮ ਦਾ, ਦੂਜਾ ਗਿਆਨ ਦਾ। ਜਿਵੇਂ ਨਦੀ ਨੂੰ ਪਾਰ ਕਰਨ ਦੇ ਦੋ ਰਾਹ ਹਨ, ਜਾਂ ਛਾਲ ਮਾਰ ਕੇ ਪਾਰ ਹੋਇਆ ਜਾਵੇ ਅਤੇ ਪਾਰ ਲੰਘਿਆ ਜਾਵੇ, ਇਸ ਤਰ੍ਹਾਂ ਸੰਸਾਰ ਸਮੁੰਦਰ ਤੋਂ ਪਾਰ ਹੋਣ ਦੇ ਦੋ ਰਾਹ ਹਨ, ਇੱਕ ਕਰਮ ਯੋਗ ਦਾ ਛਾਲ ਮਾਰ ਕੇ ਪਾਰ ਹੋਣ ਦਾ ਅਤੇ ਦੂਜਾ ਗਿਆਨ ਦਾ, ਤਾਰੀ ਲਾ ਕੇ ਨਿਕਲ ਜਾਣਾ, ਅਤੇ ਤੀਜਾ ਰਾਹ ਇੱਕ ਪੁਲ ਬਣਾ ਦਿੱਤਾ ਜਾਵੇ ਜਾਂ ਬੇੜੀ ਦਾ ਪ੍ਰਬੰਧ ਕੀਤਾ ਜਾਵੇ। ਸਤਿਗੁਰਾਂ ਨੇ ਸਾਧ ਸੰਗਤ ਦਾ ਪੁੱਲ ਅਤੇ ਸੰਗਤ ਰੂਪੀ ਤੁਲਹਾ ਪਾਓ ਬੇੜੀ ਤਿਆਰ ਕੀਤੀ। ਹਰ ਕੋਈ ਸਾਧ ਸੰਗਤ ਦੇ ਪੁੱਲ ਰਾਹੀਂ ਸਹਿਜੇ ਹੀ ਦਰਿਆ ਨੂੰ ਪਾਰ ਕਰ ਸਕਦਾ ਹੈ, ਭਵ ਸਾਗਰ ਨੂੰ ਪਾਰ ਕਰ ਸਕਦਾ ਹੈ। ਗੁਰੂ ਨਾਨਕ ਦੇਵ ਜੀ ਭਲੀ ਭਾਂਤ ਜਾਣਦੇ ਸਨ ਕਿ ਸੰਸਾਰ ਤੋਂ ਦੂਰ ਬੈਠਾ ਯੋਗੀ ਵਿਕਾਰਾਂ ਦੀ ਇੱਕ ਚੋਟ ਵੀ ਨਹੀਂ ਸਹਾਰ ਸਕਦਾ। ਗਿਆਨ ਹੰਕਾਰ ਪੈਦਾ ਕਰਨ ਦਾ ਕਾਰਨ ਬਣ ਜਾਂਦਾ ਹੈ। ਜਦੋਂ ਤੱਕ ਸਤ ਸੰਗਤ ਵਿੱਚ ਵਿਚਰਿਆ ਨਾ ਜਾਵੇ, ਅਹੰਕਾਰ ਅਤੇ ਵਕਾਰ ਦੋਵੇਂ ਹੀ ਵਾਹਿਗੁਰੂ ਦੇ ਦਰ ਘਰ ਤੱਕ ਨਹੀਂ ਅੱਪੜ ਸਕਦੇ। ਹੰਕਾਰੀ ਮਨੁੱਖ ਅਤੇ ਵਿਕਾਰੀ ਮਨੁੱਖ ਪਰਮੇਸ਼ਵਰ ਦੀ ਖੁਸ਼ੀ ਦਾ ਪਾਤਰ ਨਹੀਂ ਬਣ ਸਕਦਾ ਜਦੋਂ ਤੱਕ ਆਤਮ ਸਮਰਪਣ ਨਾ ਕਰ ਦੇਵੇ। ਧੰਨ ਸ੍ਰੀ ਗੁਰੂ ਨਾਨਕ ਦੇਵ ਸਤਿਗੁਰ ਸੱਚੇ ਪਾਤਸ਼ਾਹ ਵਿਅਕਤੀਗਤ ਭਾਵਾਂ ਨੂੰ ਚੰਗਾ ਨਹੀਂ ਸਨ ਸਮਝਦੇ, ਉਹ ਜਮਾਤੀ ਭਾਵ ਪੈਦਾ ਕਰਨਾ ਚਾਹੁੰਦੇ ਸਨ। ਕੇਵਲ ਆਪਣੀ ਭੁੱਖ ਮਿਟਾ ਲੈਣੀ ਜਾਤੀਪੁਣਾ ਹੈ, ਖੁਦਗਰਜ਼ੀ ਹੈ। ਇਹ ਅਹਿਸਾਸ ਪੈਦਾ ਹੋ ਜਾਏ ਕਿ ਜਦੋਂ ਤੱਕ ਸਾਰੇ ਭੁੱਖੇ ਹਨ ਮੈਨੂੰ ਸ਼ਾਂਤੀ ਨਹੀਂ, ਇਹ ਸੰਗਤੀ ਭਾਵ ਪੈਦਾ ਕਰੇਗਾ। ਅਤੇ ਜਦੋਂ ਤੱਕ ਮਨੁੱਖ ਮੈਨੂੰ ਕੀ ਦੀ ਖੁਦਗਰਜ਼ੀ ਵਿੱਚ ਖੱਚਤ ਹੋਇਆ ਹੈ, ਤਾਂ ਤੱਕ ਉਹ ਗੁਰੂ ਦੀ ਖੁਸ਼ੀ ਦਾ ਪਾਤਰ ਨਹੀਂ ਬਣ ਸਕਦਾ। ਗੁਰੂ ਜੀ ਫਰਮਾਉਂਦੇ ਹਨ, ਜੇ ਨਾਲ ਦਾ ਗੁਆਂਢੀ ਦੁਖੀ ਹੈ ਤੇ ਸਾਨੂੰ ਉਸ ਦੀ ਸਾਰ ਲੈਣੀ ਚਾਹੀਦੀ। ਭਾਈ ਲਾਲੋ ਨੇ ਗੁਰੂ ਨਾਨਕ ਦੇਵ ਜੀ ਲਈ ਵੱਖਰਾ ਚੌਂਕਾ ਸਵਾਰਿਆ ਅਤੇ ਪ੍ਰਸ਼ਾਦ ਛਕਣ ਲਈ ਕਿਹਾ, ਅਤੇ ਸਤਿਗੁਰਾਂ ਫਰਮਾਇਆ ਸੀ ਨਾ, ਲਾਲੋ ਸਾਰੀ ਧਰਤੀ ਹੀ ਮੇਰਾ ਚੌਂਕਾ ਹੈ, ਸੰਗਤ ਅਤੇ ਪੰਗਤ ਇਹ ਜੀਵਨ ਵਿੱਚ ਭਾਵ ਪੈਦਾ ਕਰਨ ਲਈ ਸਤਿਗੁਰਾਂ ਨੇ ਤਿਆਰ ਕੀਤੀ। ਇਹ ਇਕੱਲਿਆਂ ਤੁਰਨਾ ਅਤੇ ਜੂਝਣਾ ਆਸਾਨ ਹੈ, ਪਰ ਇੱਕ ਹੋਰ ਨੂੰ ਨਾਲ ਲੈ ਕੇ ਤੁਰਨਾ ਹੋਵੇ ਤਾਂ ਜ਼ੋਰ ਬੇਸ਼ੱਕ ਘੱਟ ਲੱਗਦਾ ਹੈ ਪਰ ਸਾਵਧਾਨੀ ਦੀ ਲੋੜ ਵੱਧ ਜਾਂਦੀ, ਨਾਲੇ ਕੰਮ ਦੂਰਾ ਹੋ ਜਾਂਦਾ ਹੈ ਕਿ ਆਪਣੇ ਆਪ ਨੂੰ ਤੋਰੀ ਰੱਖਣਾ ਅਤੇ ਦੂਜੇ ਸਾਥ ਨੂੰ ਨਾਲ ਲੈ ਕੇ ਤੁਰਨਾ। ਸੰਗਤ 'ਤੇ ਜ਼ੋਰ ਦੇਣ ਦਾ ਇਹ ਵੀ ਇੱਕ ਕਾਰਨ ਸੀ ਕਿ ਭੇਖ, ਵਰਣ, ਜਾਤ ਇਹਨਾਂ ਚੀਜ਼ਾਂ ਤੋਂ ਸਿੱਖ ਉੱਚਾ ਹੋ ਜਾਏ। ਇੱਕ ਆਸ਼ੇ ਦੀ ਪੂਰਨ ਸ਼ਕਲ ਦੇਣ ਲਈ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਸਾਜਿਆ। ਭਾਈ ਗੁਰਦਾਸ ਜੀ ਨੇ ਸੰਗਤ ਕੀਨੀ ਖਾਲਸਾ, ਇਹੋ ਸੰਗਤ ਹੀ ਪੰਥ ਰੂਪ ਹੋ ਕੇ ਨਿਬੜੀ। ਇਹਨਾਂ ਬਚਨਾਂ ਦੇ ਰਾਹੀਂ ਸਤਿਗੁਰਾਂ ਦੀ ਸੋਚ ਨੂੰ ਦ੍ਰਿੜ ਕਰਾਇਆ।
पंथ एक चलन हिलण वाली शक्ति भरपूर डायनामिक संगत का रूप है। जिथे जाए बइए पला कई